ਸਤਿ ਸ਼੍ਰੀ ਅਕਾਲ ਜੀ ਬਾਈ ਫੇਸਬੁੱਕ ਦੇਖਣ ਵਾਲੇ ਪ੍ਰੇਮੀਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਅਤੇ ਹਰਜਿੰਦਰ ਵੱਲੋਂ ਜੀ ਆਇਆਂ ਨੂੰ ਫੇਸਬੁੱਕ ਉੱਤੇ ਦੇਖਣ ਲਈ ਅਤੇ ਸਾਡੀ ਰਿਕੁਐਸਟ ਹੈ ਕਿ ਭਾਵੇਂ ਅਸੀਂ ਆਪਣੀ ਸੋਚ ਦੇ ਮੁਤਾਬਕ ਜੋ ਵੀ 2-4 ਮਿੰਟ ਬੋਲਦੇ ਹਾਂ ਕੁਝ ਚੰਗਾ ਬੋਲਣ ਦੀ ਸੋਚ ਕੇ ਚੰਗਾ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਉਸ ਨੂੰ ਪਲੀਜ਼ ਸ਼ੇਅਰ ਅਤੇ ਫੋਰਵਰਡ ਕਰਿਆ ਕਰੋ ਤਾਂ ਜੋ ਸਾਨੂੰ ਵੀ ਕਮੈਂਟਾਂ ਨਹੀਂ ਪਤਾ ਲੱਗ ਸਕੇ ਵੀ ਸਾਡੇ 'ਚ ਕਮੀਆਂ ਨੇ ਜਾਂ ਕੋਈ ਚਲੋ ਚੰਗੇ ਸੁਝਾਅ ਨੇ ਕਿਸੇ ਦਾ ਕੋਈ ਫਾਇਦਾ ਹੋ ਸਕੇ। ਅੱਜ ਸਮੇਂ ਦੀ ਲੋੜ ਹੈ ਜਿਨ੍ਹਾਂ ਵਿਅਕਤੀਆਂ ਤੋਂ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸੇਧ ਲੈਂਦਾ ਅਤੇ ਚੰਗਾ ਸੋਚਣ ਬਾਰੇ ਅਤੇ ਆਪਣੀ ਜੀਵਨ ਵਿੱਚ ਕੁਝ ਚੰਗਾ ਕਰਨ ਬਾਰੇ ਵਿਚਾਰ ਕਰਦਾ ਅਤੇ ਵਿਚਾਰ ਕਰਦੇ ਆਪਣੇ ਜੀਵਨ ਵਿੱਚ ਹੰਢਾਉਂਦਾ ਵੀ ਹੈ ਚੰਗਾ ਸੋਚਦਾ। ਜਿਵੇਂ ਕਿ ਬਾਈ ਸਿੱਧੂ ਮੂਸੇਵਾਲੇ ਨੂੰ ਲੱਖਾਂ ਹੀ ਕਰੋੜਾਂ ਹੀ ਲੋਕ ਚਾਹੁੰਦੇ ਸੀ, ਉਹਦੇ ਵਿੱਚ ਇਹੋ ਜਿਹੇ ਲੋਕ ਵੀ ਸੀ ਜਿਹੜੇ ਕਿ ਕੈਂਸਰ ਦੇ ਮਰੀਜ਼ਾਂ ਨਾਲ ਪੀੜਿਤ ਨੇ, ਕੋਈ ਹੋਰ ਰੋਗਾਂ ਨਾਲ ਪੀੜਿਤ ਨੇ, ਪਰ ਉਸਦੇ ਗਾਣੇ ਉਹਨਾਂ ਵਿੱਚ ਇੱਕ ਨਵੀਂ ਰੂਹ ਫੂਕਦੇ ਸੀ ਅਤੇ ਉਸ ਨੂੰ ਉਹਨਾਂ ਲੋਕਾਂ ਨੂੰ ਇੱਕ ਵਧੀਆ ਮਨੋਰੰਜਨ ਦਾ ਵੀ ਸਾਧਨ ਸੀ ਅਤੇ ਉਸ ਨੂੰ ਸੁਣ ਕੇ ਉਹਨਾਂ 'ਚ ਕੋਈ ਐਨਰਜੀ ਆਉਂਦੀ ਸੀ। ਅੱਜ ਦੇਖਦੇ ਹਾਂ ਫੇਸਬੁੱਕ ਭਰੀ ਪਈ ਹੈ ਕਮੈਂਟ ਕਰ ਕਰਕੇ, ਲੋਕ ਤਰਲਾ ਕਰ ਰਹੇ ਨੇ ਸਾਰੀਆਂ ਕੰਟਰੀਆਂ ਤੋਂ, ਅਡਵਈ, ਪਾਕਿਸਤਾਨ, ਇੰਡੀਆ, ਅਰਬ ਕੰਟਰੀਆਂ, UK ਵਗੈਰਾ, ਸਾਰੀਆਂ ਕੰਟਰੀਆਂ ਤੋਂ ਲੋਕ ਨੇ ਜਿਹੜੇ ਉਸਨੂੰ ਪਸੰਦ ਕਰਦੇ ਸੀ। ਅੱਜ ਰੋਣ ਤੋਂ ਸਿਵਾ ਉਹਨਾਂ ਕੋਲ ਕੁਛ ਨਹੀਂ ਰਿਹਾ। ਭਾਵੇਂ ਸਿੱਧੂ ਮੂਸੇਵਾਲਾ ਇੱਕ ਅਮਰ ਰਹੂਗਾ ਸਦਾ, ਉਸ ਬਾਈ ਦੇ ਬੋਲ ਹਮੇਸ਼ਾ ਜੋ ਹੈ ਆਪਣੇ ਦਿਲਾਂ ਵਿੱਚ ਧੜਕਦੇ ਰਹਿਣਗੇ। ਹਰੇਕ ਬੰਦੇ ਨੂੰ ਐਂ ਲੱਗਿਆ ਜਿਹੜਾ ਚਾਹੁਣ ਵਾਲਾ ਸੀ ਵੀ ਉਹ ਆਪਣੇ, ਕੋਈ ਐਂ ਨਹੀਂ ਸੀ ਵੀ ਕੋਈ ਸਿੱਧੂ ਮਾਨਸੇ ਦਾ ਮੁੰਡਾ, ਮੂਸੇ ਪਿੰਡ ਦਾ ਮੁੰਡਾ ਮਰ ਗਿਆ, ਨਾ ਨਾ, ਹਰੇਕ ਨੂੰ ਐਂ ਲੱਗਿਆ ਵੀ ਆਪਣੇ ਘਰ ਦਾ ਪਰਿਵਾਰ ਦਾ ਮੈਂਬਰ ਮਰਿਆ। ਹਰੇਕ ਬੱਚੇ ਨੇ ਦੁੱਖ ਪ੍ਰਗਟ ਕੀਤਾ, ਚਾਹੇ ਬੰਦਾ ਉਸ ਨੂੰ ਕਦੇ ਸ਼ਕਲੋਂ ਮਿਲਿਆ ਵੀ ਨਾ ਹੋਵੇ ਫੇਸ ਟੂ ਫੇਸ, ਉਸ ਬੰਦੇ ਨੇ ਵੀ ਅਫਸੋਸ ਕਰਿਆ। ਬਾਕੀ ਛੱਡੋ, ਨਿੱਕੇ ਨਿੱਕੇ ਬੱਚਿਆਂ ਨੇ ਵੀ ਇੰਨਾ ਅਫਸੋਸ ਕਰਿਆ ਵੀ 2-2 ਦਿਨ ਰਾਤਾਂ ਨੂੰ ਵੀ ਉੱਠ ਉੱਠ ਕੇ ਬੱਚੇ ਡਰਦੇ ਰੋਏ ਗਏ ਅਤੇ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾਧਾ। ਬੱਚਿਆਂ ਦੀ ਗੱਲ ਵੀ ਇਹ ਕਰਦੇ ਸੀ ਵੀ ਡੈਡੀ ਸਿੱਧੂ ਮੂਸੇਵਾਲਾ ਦੁਬਾਰੇ ਆਜੂਗਾ, ਕੋਈ ਸਿੱਧੂ ਮੂਸੇਵਾਲਾ ਦੁਬਾਰੇ ਗਾਣੇ ਕੱਢ ਦੂਗਾ। ਅਹੀਆਂ ਜਿਹੀਆਂ ਗੱਲਾਂ ਬੱਚਿਆਂ ਦੇ ਮਨਾਂ ਵਿੱਚ ਸਾਨੂੰ ਵੀ ਝੰਝੋੜ ਕੇ ਰੱਖ ਦਿੰਦੀਆਂ ਦੀ ਮਾਂ ਬਾਪ ਨੂੰ। ਅਤੇ ਅੱਜ ਲੋੜ ਹੈ, ਸਮੇਂ ਦੀ ਲੋੜ ਹੈ, ਜਿਹੜੇ ਸਮਾਜ ਸੇਵੀ ਲੋਕ ਨੇ ਜਿਹੜੇ ਚੰਗਾ ਕਰ ਰਹੇ ਨੇ, ਜਿਵੇਂ ਕਿ ਸਾਡਾ ਵੀਰ ਲੱਖਾ ਸਿਧਾਣਾ ਹੈ, ਭਾਨਾ ਸਿੱਧੂ ਹੈ, ਹੋਰ ਕਈ ਸਮਾਜ ਸੇਵੀ ਨੇ ਜਿਵੇਂ ਕਲਾਕਾਰ ਵੀ ਨੇ, ਉਹਨਾਂ ਦੀ ਲਾਈਫ ਨੂੰ ਖਤਰਾ ਹੈ ਕਿਉਂਕਿ ਜਿਹੜੇ ਗਰੁੱਪ ਗੈਂਗ ਬਣੇ ਹੋਏ ਨੇ, ਗੈਂਗਵਾਰ ਦਾ ਨਾਮ ਦਿੱਤਾ ਜਾ ਰਿਹਾ, ਇਹ ਗੈਂਗਵਾਰ ਦਾ ਨਾਮ ਨਹੀਂ, ਇਹ ਗੈਂਗ ਬਣ ਚੁੱਕੇ ਨੇ ਬਹੁਤ ਵੱਡੇ ਪੱਧਰ 'ਤੇ। ਉਹ ਵੱਧ ਤੋਂ ਵੱਧ ਉਹਨਾਂ ਤੋਂ ਫਰੌਤੀਆਂ ਮੰਗਦੇ ਨੇ, ਪੈਸੇ ਮੰਗਦੇ ਨੇ, ਜਿਹੜਾ ਤਾਂ ਬੰਦਾ ਪੈਸੇ ਦੇਈ ਜਾਂਦਾ ਤਾਂ ਵੀ ਉਹਨਾਂ ਦੀ ਪਾਵਰ ਵਧੀ ਜਾਂਦੀ ਹੈ, ਅਤੇ ਜਿਹੜਾ ਬਾਈ ਸਿੱਧੂ ਮੂਸੇਵਾਲੇ ਵਾਂਗੂ ਪੈਸੇ ਨਹੀਂ ਦਿੰਦਾ, ਆਪਣੀ ਅਣਖ ਨਾਲ ਜਿਉਣਾ ਜਾਣਦਾ ਹੈ ਕਿਉਂਕਿ ਉਹਦੇ ਹੱਕ ਸੱਚ ਦੀ ਕਮਾਈ ਤੀ, ਅਗਲੇ ਨੇ ਮਿਹਨਤ ਕਰੀ ਤੀ, ਇੱਕ 5-7 ਕਿੱਲਿਆਂ ਤੋਂ ਉੱਠ ਕੇ, ਆਮ ਲੈਵਲ ਤੋਂ ਉੱਠ ਕੇ, ਆਮ ਸਕੂਲਾਂ ਵਿੱਚ ਸਟੱਡੀ ਕਰਕੇ ਬੰਦਾ ਅੱਜ ਦੁਨੀਆ ਦੇ ਲੇਜ਼ੜਾਂ ਵਿੱਚ ਨਾਮ ਆ ਗਿਆ, ਬੰਦੇ ਦਾ ਉਹਨਾਂ ਬੰਦਿਆਂ ਵਿੱਚ ਨਾਮ ਆ ਗਿਆ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਅੱਜ ਵੀ ਸਾਡੇ ਸਿੱਖਾਂ ਦਾ ਸਿਰ ਉੱਚਾ ਹੁੰਦਾ ਸੀ ਕਿਉਂਕਿ ਪੱਗ ਨਾਲ ਬੰਨ੍ਹ ਕੇ ਜਦੋਂ ਉਸ ਦੀ UK ਕੈਨੇਡਾ ਵਰਗੇ ਮੁਲਕਾਂ ਵਿੱਚ ਐਡੜੀਆਂ ਸਕਰੀਨਾਂ 'ਤੇ ਫੋਟੋਆਂ ਆਉਂਦੀਆਂ ਸੀ ਵੀ ਅੱਜ ਦਾ ਫੇਮਸ, ਅੱਜ ਦਾ ਜੋ ਲੋਕ ਅੱਜ ਦੇ ਦਿਨ ਵਿੱਚ ਲੋਕ ਸਭ ਤੋਂ ਵੱਧ ਇਸ ਨੂੰ ਚਾਹੁੰਦੇ ਨੇ, ਅਗਲੇ ਦਿਨ ਵੀ ਉਸੇ ਦੀ ਫੋਟੋ, ਨੈਕਸਟ ਵੀ ਗੋਰੇ ਵੀ ਅੱਕ ਜਾਂਦੇ ਸੀ। ਉਹ ਆਪਣੇ ਪੰਜਾਬੀਆਂ ਨੂੰ ਸਵਾਲ ਕਰਦੇ ਸੀ ਕਿ ਬਾਈ ਇਹ ਬੰਦਾ ਹੈ ਕੌਣ, ਇਹ ਬੰਦਾ ਹੈ ਕੌਣ ਜਿਹੜੀ ਦੀ ਰੋਜ਼ ਫੋਟੋ ਲੱਗਦੀ ਹੈ, ਰੋਜ਼ ਇੰਨਾ ਲੋਕ ਕੀ ਕਰਦਾ, ਇਹ ਕਿੱਥੋਂ ਹੈ, ਕੀ ਗੱਲਬਾਤ ਹੈ, ਵੀ ਕੌਣ ਹੈ ਇਹ ਜਿਹੜਾ ਲੋਕ ਇੰਨਾ ਪਸੰਦ ਕਰਦੇ ਨੇ। ਉਹ ਸੀ ਸਿੱਧੂ ਮੂਸੇਵਾਲਾ ਜਿਹਨੂੰ ਲੋਕ ਦਿਲੋਂ ਚਾਹੁੰਦੇ ਸੀ। ਵੈਸੇ ਤਾਂ ਕਿਸੇ ਦਾ ਗਾਣਾ ਆਉਂਦਾ 10 ਦਿਨ ਚੱਲਦਾ, 5 ਦਿਨ ਚੱਲਦਾ, ਪਰ ਇਹੋ ਜਿਹੇ ਗਾਣੇ ਬਾਈ ਨੇ ਕੱਢੇ ਨੇ ਇੱਕ ਵਾਰੀ ਹੋਰ ਹੈ ਨਾ, ਜਿਵੇਂ ਇਹਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਸਾਰਾ ਜਿਵੇਂ ਗਾਣਾ ਇਹਨੇ ਕੱਢਿਆ ਗਾ ਉਹ ਚ ਸੱਚ ਜਿਹਾ ਦਿਖਾਤਾ ਇਹਨੇ ਵੀ ਆਪਾਂ ਐਵੇਂ ਐਵੇਂ ਮਰਨਾ ਲੱਗ ਗਿਆ ਸੀ। ਦੇਖੋ ਆਪਾਂ ਦਾ
ਆਪਾਂ ਨੂੰ ਤਾਂ ਨਹੀਂ ਉਹ ਹੁੰਦਾ, ਬਾਈ ਨੂੰ ਕਾਲ ਆਉਂਦੀਆਂ ਸੀ, ਕੋਈ ਬਾਈ ਕਰੋੜ ਰੁਪਈਆ ਮੰਗਦਾ ਸੀ, ਕੋਈ 2 ਕਰੋੜ ਮੰਗਦਾ ਸੀ ਮਹੀਨੇ ਦਾ। ਹੁਣ ਉਹਦੀ ਇਹ ਤਾਂ ਹੈ ਨਹੀਂ ਸੀ ਵੀ ਬਾਈ 2 ਨੰਬਰ ਦੀ ਕਮਾਈ ਹੈ ਕਿਸੇ ਨੂੰ ਦੇਈ ਜਾਵੇ, ਅਗਲਾ ਹੱਕ ਸੱਚ ਦੀ ਕਮਾਈ ਕਿਹਨੂੰ ਕਿਹਨੂੰ ਵੰਡੀ ਜਾਊਗਾ। ਅੱਜ ਜੇ ਇੱਕ ਗਰੁੱਪ ਨੂੰ ਉਹ ਦੇ ਦਿੰਦਾ, ਮੰਨ ਲਓ ਲੋਕ ਕਹਿੰਦੇ ਨੇ ਵੀ ਦੇ ਦਿੰਦਾ ਪੈਸੇ ਯਾਰ, ਇੰਨੇ ਪੈਸੇ ਦੀ 30-30 ਕਰੋੜ ਕਮਾਉਂਦਾ ਤੀ ਯਾਰ, ਦੇ ਦਿੰਦਾ 2 ਕਰੋੜ ਕੱਢੀ ਗੱਲ ਹੈ, ਉਹ ਬਾਈ ਕੱਲ੍ਹ ਨੂੰ ਹੋਰ ਮੰਗਦੇ, ਕੱਲ੍ਹ ਨੂੰ ਆਮ ਬੰਦਿਆਂ ਤੋਂ ਵੀ ਮੰਗਦੇ, ਹੋਰਾਂ ਤੋਂ ਮੰਗਦੇ, ਉਹਨਾਂ ਨੂੰ ਆਦਤ ਪੈਂਦੀ ਰਹਿੰਦੀ। ਜੇ ਕੋਈ ਅੱਜ ਉਹਨਾਂ ਵਾਸਤੇ ਹਿੱਕ ਤਾਣ ਕੇ ਲੜਿਆ ਸੂਰਮਾ, ਉਹ ਸਿੱਧੂ ਮੂਸੇ ਵਾਲਾ ਹੈ ਜਿਹੜਾ ਆਪਣੀ ਜਾਨ ਦੀ ਪਰਵਾਹ, ਜਦੋਂ ਬਾਈ ਨੂੰ ਕਾਲ ਵੀ ਆਈ ਕਹਿੰਦੇ ਵੀ ਦੇਖ ਲੈ ਤੈਨੂੰ ਮਾਰ ਦਾਂਗੇ, ਉਹ ਕਹਿੰਦਾ ਕੋਈ ਗੱਲ ਨਹੀਂ ਆ ਜਾਓ, ਮਰਨਾ ਮਰਾਉਣਾ ਪਰਮਾਤਮਾ ਦੇ ਹੱਥ ਹੈ। ਦੇਖੋ ਮਰਨਾ ਇਹ ਨਹੀਂ ਪਤਾ ਆਪਾਂ ਨੂੰ ਚੰਗੇ ਭਲਿਆਂ ਨੂੰ ਕਦੋਂ ਮੌਤ ਆ ਜੇ, ਪਰ ਜਿਹੜਾ ਸੂਰਮੇ ਵਾਂਗੂ ਲੜ ਕੇ ਮਰਨਾ, ਅਣਖ ਨਾਲ ਮਰਨਾ, ਉਹ ਇੱਕ ਪਰਸੋਂ ਲੋਕਾਂ ਨੇ ਸਾਬਤ ਕਰਤਾ ਵੀ ਅਣਖਾਂ ਨਾਲ ਮਰਨ ਵਾਲੇ ਬੰਦੇ ਦਾ ਲੋਕ ਕਿੰਨਾ ਪਿਆਰ ਕਰਦੇ ਨੇ। ਲੋਕਾਂ ਤੋਂ ਇਕੱਠ ਸਾਹਮਿਆ ਨਹੀਂ ਗਿਆ ਕਿਸੇ ਤੋਂ, ਇੰਨਾ ਇਹ ਨਹੀਂ ਪਤਾ ਲੱਗਿਆ, ਕੋਈ ਗਿਣਤੀ ਨਹੀਂ ਕਰ ਸਕਦਾ ਸੀ ਬਾਈ। ਜੇ ਕੋਈ ਕਹਿੰਦਾ ਹੋਵੇ ਵੀ ਗਿਣਤੀ ਕਰਕੇ ਮੈਂ ਦੱਸ ਦੂੰਗਾ ਵੀ ਬੰਦਾ ਲੱਖ ਸੀ, 2 ਲੱਖ ਸੀ, 3 ਲੱਖ ਸੀ, ਲੱਖਾਂ 'ਚ ਗਿਣਤੀ ਨਹੀਂ ਸੀ ਬਾਈ, ਬੰਦਾ ਇੰਨਾ 10 ਲੱਖ ਦਾ ਅੰਦਾਜ਼ਾ ਲਾਉਂਦੇ। ਹਾਂ, ਬਾਕੀ ਜੇ ਬਾਈ ਦਾ ਭੋਗ 'ਤੇ ਪਹੁੰਚ ਰਹੇ ਨੇ ਸਾਰੇ ਬਾਈ ਜਿੰਨੇ ਵੀ ਬਾਈ ਨੂੰ ਪਿਆਰ ਕਰਦੇ ਨੇ ਆਪਦੇ, ਉਹਦੇ 'ਤੇ ਮਾਂ ਬਾਪ ਨੂੰ ਹੌਸਲਾ ਦਿਓ, ਮਿਲ ਕੇ ਆਓ ਬਾਈ, ਦੁੱਖ ਵੰਡਾ ਕੇ ਆਓ। ਦੁੱਖ ਵੰਡਾਇਆ ਘੱਟ ਜਾਂਦਾ, ਪਰ ਇਹ ਦੁੱਖ ਵੰਡਾਇਆ ਘਟਣ ਵਾਲਾ ਤਾਂ ਹੈ ਨਹੀਂ, ਪਰ ਫਿਰ ਵੀ ਮਾਂ ਬਾਪ ਨੂੰ ਹੌਸਲਾ ਹੁੰਦਾ ਵੀ ਹਾਂ ਮੇਰੇ ਪੁੱਤ ਨੂੰ ਇੰਨੇ ਚਾਹੁਣ ਵਾਲੇ ਨੇ, ਇੰਨੇ ਤਾਂ ਆਪਣੇ ਰਿਸ਼ਤੇਦਾਰ ਵੀ ਨਹੀਂ ਜਿੰਨੇ ਲੋਕ ਹੋਰ ਚਾਹੁਣ ਵਾਲੇ ਨੇ, ਉਸਦਾ ਪਿਆਰ ਵੰਡਾਉਣ ਵਾਲੇ ਨੇ ਬਾਈ। ਜ਼ਰੂਰ ਦੁੱਖ ਦੀ ਘੜੀ ਵਿੱਚ ਸਾਰੇ ਵੀਰ ਬਾਈ ਦੇ ਮਾਂ ਬਾਪ ਕੋਲ ਜ਼ਰੂਰ ਜਾ ਕੇ ਆਓ। ਅੱਜ ਕੱਲ੍ਹ ਬਾਈ ਦੇਖਿਆ ਜਦੋਂ ਬਾਈ ਨੂੰ ਫੁੱਲ ਉਤਾਰਨਗੇ ਉਸਦੇ ਮਾਂ ਪਿਓ, ਰਸਤੇ ਵਿੱਚ ਬਾਈ ਲੋਕਾਂ ਨੇ ਗੱਡੀਆਂ ਖੜਾ ਕੇ ਫੁੱਲ ਵਾਰੇ, ਲੋਕ ਤਰਾਹ ਤਰਾਹ ਕਰਕੇ ਰੋਣ ਲੱਗ ਰਹੇ, ਉਸ ਬਾਪੂ ਨੂੰ ਹੌਸਲਾ ਦਿੰਦੇ ਵੀ ਬਾਪੂ ਅਸੀਂ ਤੇਰੇ ਨਾਲ ਹਾਂ। ਬਾਈ ਦੇਖੋ ਲੋਕਾਂ ਦਾ ਪਿਆਰ ਹੈ, ਜਿਹੜਾ ਸਿੱਧੂ ਮੂਸੇ ਵਾਲਾ ਖੱਟ ਗਿਆ, ਹਰੇਕ ਬੰਦੇ ਦੀ ਕਿਸਮਤ 'ਚ ਨਹੀਂ ਆਉਂਦਾ ਇਹ ਇੰਨਾ ਪਿਆਰ, ਜਿਵੇਂ ਕਿ ਦੀਪ ਸਿੱਧੂ ਬਾਈ ਵਾਸਤੇ ਆਇਆ। ਇਹੀ ਉਹੀ ਬੰਦਾ ਕਿਉਂ ਹੁੰਦਾ, ਜਿਹੜਾ ਬੰਦਾ ਕੋਈ ਚੰਗੀ ਸੋਚ ਕਰਦਾ, ਕੋਈ ਚੰਗਾ ਵਿਚਾਰ ਕਰਦਾ ਤੇ ਚੰਗਾ ਆਪਣੇ ਪੰਜਾਬ ਲਈ ਸੱਭਿਆਚਾਰ ਲਈ ਸੰਦੀਪ ਤੋਂ ਵੀ ਸੋਚਣ ਲਈ ਸੇਧ ਮਿਲਦੀ ਸੀ ਆਪਣਾ, ਜਿਵੇਂ ਬਾਈ ਸੰਦੀਪ ਸਿੱਧੂ ਤੋਂ ਵੀ ਸੋਚ ਮਿਲਦੀ ਸੀ, ਸੇਧ ਮਿਲਦੀ ਸੀ ਆਪਾਂ ਨੂੰ, ਉਵੇਂ ਬਾਈ ਇਸ ਤੋਂ ਵੀ ਹਰੇਕ ਨੌਜਵਾਨ ਪ੍ਰੇਰਿਤ ਸੀ, ਭਾਵਾਂ ਦੀ ਉਸਦੇ ਗਾਣੇ ਹਥਿਆਰਾਂ ਵਾਲੇ ਸੀ ਜੋ ਵੀ ਸੀ, ਪਰ ਅੱਜ ਸਮੇਂ ਦੀ ਮੰਗ ਅਨੁਸਾਰ ਹਥਿਆਰ ਵੀ ਜ਼ਰੂਰੀ ਹੋ ਗਿਆ, ਨਹੀਂ ਤਾਂ ਬਾਈ ਜਣਾ ਖਾਣਾ ਲੁੱਟ ਖੋਹ ਹੋਈ ਪਈ ਹੈ। ਆਪਾਂ ਦੇਖਦੇ ਹਾਂ ਵਾਰਦਾਤਾਂ ਕਿੰਨੀਆਂ ਵੱਧ ਗਈਆਂ, ਕੋਈ ਬੰਦਾ ਸੇਫ ਨਹੀਂ ਹੈਗਾ। ਸੋ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਵੀ ਜਿਹੜੇ ਆਪਣੇ ਸਮਾਜ ਸੇਵੀ ਬੰਦੇ ਨੇ ਲੱਖਾ ਸਿਧਾਣਾ ਅਤੇ ਜੋ ਕਿਸਾਨ ਯੂਨੀਅਨ ਦੇ ਆਗੂ ਨੇ, ਇਹਨਾਂ ਨੂੰ ਜ਼ਰੂਰ ਸਕਿਉਰਟੀ ਦਿੱਤੀ ਜਾਵੇ। ਸਕਿਉਰਟੀ ਨਾਲ ਕੋਈ ਫਰਕ ਨਹੀਂ ਪੈਂਦਾ, ਊਂ ਵੀ ਆਪਣੇ ਚੱਡੇ ਵਰਗੇ ਵਿਚਾਰੇ ਲਈ ਫਿਰਦੇ ਨੇ ਅੜਤਾਲੀ ਕਰਨ, ਮੈਂ ਨਾ ਉਹਨਾਂ ਨੇ ਕਿਹੜਾ ਸਮਾਜ ਸੇਵੀ ਕੰਮ ਕਰ ਲਿਆ, ਕੀ ਉਹਦੀ ਪੰਜਾਬ ਨੂੰ ਦੇਣ ਹੈ। ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਹਾਂ, ਪਰ ਸੋਚ ਕੇ ਦੇਖੋ ਜੇ ਉਹ 48 ਬੰਦੇ ਇਕੱਲਾ ਲਈ ਫਿਰਦਾ, ਉਹਦੀ ਕੋਈ ਪੰਜਾਬ ਨੂੰ ਦੇਣ ਨਹੀਂ, ਕੋਈ ਪੰਜਾਬ ਬਾਰੇ ਉਹਦੀ ਕੋਈ ਸੋਚ ਨਹੀਂ, ਕੋਈ ਵਿਚਾਰ ਨਹੀਂ ਅੱਜ ਤੱਕ ਉਸ ਬੰਦੇ ਨੇ ਰੱਖਿਆ, ਇੰਨਾ ਚਿਰ ਹੋ ਗਿਆ ਰਾਜ ਸਭਾ ਦਾ ਮੈਂਬਰ ਬਣੇ ਨੂੰ, ਕੋਈ ਉਸਨੇ ਰਾਜ ਸਭਾ ਵੱਲੋਂ ਕੋਈ ਫੰਡ ਜਾਰੀ ਨਹੀਂ ਕਰਵਾਇਆ ਪੰਜਾਬ ਪ੍ਰਤੀ, ਕੋਈ ਪੰਜਾਬ ਪ੍ਰਤੀ ਉਸਦਾ ਦਰਦ ਨਹੀਂ, ਕੋਈ ਪਾਣੀ ਦੀ ਗੱਲ ਨਹੀਂ ਕਰ ਰਿਹਾ, SYL ਭਾਵਾਂ ਹੋਵੇ ਜੋ ਵੀ ਪਾਣੀ 'ਚ ਨਹਿਰਾਂ ਬਣ ਰਹੀਆਂ ਨੇ ਉਹਨਾਂ ਦੇ ਤਰਪਾਲਾਂ ਵਿਛਰੀਆਂ ਨੇ, ਕੋਈ ਕਾਗਜ਼ ਵਿਛਰੇ ਨੇ ਉਹਨਾਂ ਬਾਰੇ ਨਹੀਂ ਗੱਲ ਕਰ ਰਿਹਾ। ਬਈ ਪਾਣੀ ਦੂਸ਼ਿਤ ਹੋ ਰਿਹਾ, ਫੈਕਟਰੀਆਂ ਦਾ ਪਾਣੀ ਦਰਿਆਵਾਂ 'ਚ ਮਿਲ ਰਿਹਾ, ਉਹੀ ਦਰਿਆਵਾਂ ਦਾ ਪਾਣੀ ਨਹਿਰਾਂ 'ਚ ਆਉਂਦਾ, ਨਹਿਰਾਂ 'ਚੋਂ ਪਾਣੀ ਆਪਣੇ ਵਾਟਰ ਬਕਸਾਂ 'ਚ ਆਉਂਦਾ, ਉਹੀ ਪੀ ਕੇ ਬੰਦਾ ਕੈਂਸਰ, ਕਿਡਨੀ ਫੇਲੀਅਰ, ਇਹ ਚੀਜ਼ਾਂ ਦੇ ਰੋਗ ਪੰਜਾਬ ਵਿੱਚ ਆ ਰਹੇ ਨੇ ਅਤੇ ਡਾਕਟਰਾਂ ਦੇ ਘਰ ਭਰੇ ਜਾ ਰਹੇ ਨੇ। ਇਹ ਸਾਰਾ ਕਾਰੋਬਾਰ ਇੱਕ ਧੰਦਾ ਬਣਾ ਰੱਖਿਆ ਬਈ। ਸੋ ਬੇਨਤੀ ਹੈ ਕਿ ਸਮਾਜ ਸੇਵੀ ਲੱਖਾ ਸਿਧਾਣਾ ਵਰਗੇ ਨੌਜਵਾਨਾਂ ਨੂੰ ਸਾਂਭਣ ਦੀ, ਭਾਨੇ ਸਿੱਧੂ ਹੋਰੀ ਆਪਣਾ ਦਰਖਤਾਂ ਬਾਰੇ ਕਿੰਨਾ ਉਹ ਕਰ ਰਹੇ ਨੇ, ਆਪਣੇ ਵਾਤਾਵਰਨ ਨੂੰ ਵਿਚਾਰੇ ਨੇ, ਇਹਨਾਂ ਬਾਰੇ ਕੁਝ ਖਿਆਲ ਕਰੋ ਬਾਈ। ਜਿਹੜੇ ਮਾਂ ਦੇ ਲਾਲ ਨੇ, ਹੀਰੇ ਨੇ, ਪੰਜਾਬ ਦੇ ਲਾਲ ਨੇ, ਉਹ ਘਟ ਰਹੇ ਨੇ। ਊਂ ਤਾਂ ਮਾਵਾਂ ਘਰ ਘਰ ਪੁੱਤ ਜੰਮ ਰਹੀਆਂ ਨੇ, ਪਰ ਇਹੋ ਜਿਹੇ ਲਾਲ ਬਿਰਲੀ ਹੁੰਦੇ ਨੇ। ਸੋ ਬੇਨਤੀ ਹੈ, ਸਿੱਧੂ ਮੂਸੇ ਵਾਲੇ ਬਾਈ ਨੂੰ ਸਲੂਟ ਹੈ, ਉਸਦੀ ਲਾਈਫ ਨੂੰ ਸਲੂਟ ਹੈ ਬਾਈ। ਧੰਨਵਾਦ ਜੀ।